सत श्रीकाल टीवी NRI देख रहे हो तुसी ते मैं हाँ अंजलि। इस वेले दी वड्डी खबर सामने आ रही है, दस दी कि हिमाचल प्रदेश दे विच पिछले काफ़ी समय तो तेज़ बारिश दे नाल हड़ वर्गे हालात पैदा हो चुके ने। इत्थे पहलां तो ही जिथे ऑरेंज अलर्ट जारी किया गया, हुण जो ताज़ा खबर सामने आ रही है उसके मुताबिक कुल्लू तो बाद हुण चंबा दे विच भी बदल फटन की जानकारी मिली है। दस दिए कि मौसम विभाग दे वल्लों जिथे पहलां ही चंबा दे नाल नाल लगदे होर इलाकियां दे विच भी पहलां तो ही अलर्ट जारी किया गया सी। सवेर तो लगातार बारिश हो रही थी तो हुण ताज़ा खबर सामने आई है कि चंबा दे विच इस वेले बदल फटिया जिस दे नाल कई गड्डियां वह गई ने, कोई जानी नुकसान की तो हाले तक जानकारी नहीं मिली है, पर लोगों की जिहड़ियां ने गड्डियां वह चुकियां ने इस पानी दे विच ते नाल दी नाल कई घरां दे विच जिहड़ा है तरेड़ भी नज़र आ रही है ते कई घरां दीआं रसोईआं टुट गईआं ने। इस दे नाल ही ये भी खबर आ रही है कि इत्थे दे स्थानक लोग जिहड़े ने इस वेले घबरा चुके ने, उन्हां दे घरां दे विच दरेड़ां नज़र आ रहीआं ने। इस सारे मामले ते हुण तक दी जो जानकारी सामने आई है उसके मुताबिक दस दिए कि कुल्लू तो बाद हुण चंबा दे सलोनी दे विच बदल फटन की गल सामने आई है। इत्थों दे बजोत्रा करनवाल इलाके दे विच भारी मीह ने जिहड़ा है तबाही मचाई है ते सेहरी पंचायत दे नालियां दे विच पानी दा पद्धर वध तों वध वधन दे नाल गड्डियां जिहड़ियां ने ਉਹ ਰੁੜ ਗਈਆਂ ਨੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਲੋਨੀ ਦੇ ਹੀ ਇੱਕ ਇਲਾਕੇ ਦੇ ਵਿੱਚ ਕਾਲਜ ਨਾਲ ਲੱਗਦੇ ਇਲਾਕੇ ਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਇਸ ਪਾਣੀ ਦੇ ਬਹਾਅ ਦੇ ਵਿੱਚ ਵਹਿ ਚੁੱਕੀ ਹੈ। ਰਸੋਈ ਘਰ ਜਿਹੜੇ ਨੇ ਉਹ ਡਿੱਗ ਚੁੱਕੇ ਨੇ। ਇੱਕ ਵਿਅਕਤੀ ਸਥਾਨਕ ਵਿਅਕਤੀ ਹੈ, ਉਸਨੇ ਦੱਸਿਆ ਕਿ ਉਸਦੇ ਘਰ ਦੇ ਵਿੱਚ ਤਰੇੜ ਆ ਗਈ ਸੀ ਜਿਸ ਤੋਂ ਬਾਅਦ ਉਸਦੀ ਪੂਰੀ ਦੀ ਪੂਰੀ ਰਸੋਈ ਜਿਹੜੀ ਹੈ ਟਹਿ ਕੇ ਥੱਲੇ ਡਿੱਗ ਜਾਂਦੀ ਹੈ। ਦੱਸ ਦਈਏ ਕਿ ਰਾਹਤ ਦੀ ਗੱਲ ਇਹ ਹੈ ਕਿ ਇੱਥੇ ਹਾਲੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਤਾਂ ਸਾਹਮਣੇ ਨਹੀਂ ਆਈ ਹੈ, ਪਰ ਲੋਕਾਂ ਦਾ ਹੋਰ ਵੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ। ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ। ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਹੜ ਵਰਗੇ ਹਾਲਾਤ ਹੋਏ ਪਏ ਨੇ। ਕਈ ਇਲਾਕੇ ਹਾਲੇ ਵੀ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ, ਪਰ ਹੁਣ ਜਿਹੜਾ ਹੈ ਚੰਬਾ ਦੇ ਵਿੱਚ ਇਸ ਵੇਲੇ ਬੱਦਲ ਫਟਣ ਦੇ ਨਾਲ ਹੋਰ ਵੀ ਹਾਲਾਤ ਵੱਧ ਤੋਂ ਬਦਤਰ ਹੋ ਗਏ ਨੇ। ਸਵੇਰ ਤੋਂ ਹੀ ਇੱਥੇ ਬਾਰਿਸ਼ ਲਗਾਤਾਰ ਹੋ ਰਹੀ ਹੈ ਭਾਰੀ ਮੀਂਹ ਦੇ ਕਾਰਨ ਦੱਸ ਦਈਏ ਕਿ ਚੰਬਾ ਅਤੇ ਕਾਂਗੜਾ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ। ਨਾਲ ਹੀ ਬੁੱਧਵਾਰ ਸਵੇਰ ਤੋਂ ਜਿਹੜਾ ਹੈ ਚੰਬਾ ਅਤੇ ਕਾਂਗੜਾ ਦੇ ਵਿੱਚ ਇਹ ਭਾਰੀ ਮੀਂਹ ਦੇ ਨਾਲ ਨਾਲਿਆਂ ਦਾ ਜਿਹੜਾ ਪੱਧਰ ਹੈ ਉਹ ਵੀ ਵੱਧਦਾ ਹੋਇਆ ਜਾ ਰਿਹਾ ਸੀ। ਨਦੀ ਨਾਲੇ ਇਹਨਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਜਾ ਰਿਹਾ। ਸਲੋਨੀ ਦੇ ਡਿਬਰੂ ਪਿੰਡ ਦੀ ਗੱਲ ਕੀਤੀ ਜਾਏ ਤਾਂ ਇੱਥੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਨਾਲ ਦੀ ਨਾਲ ਜ਼ਮੀਨ ਧਸਣ ਦੇ ਨਾਲ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਘਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ। ਸਲੋਨੀ ਦੇ ਪ੍ਰੇਮ ਨਗਰ ਦੇ ਵਿੱਚ ਦੱਸਿਆ ਜਾਂਦਾ ਕਿ ਜ਼ਮੀਨ ਧਸਣ ਦੇ ਨਾਲ ਪਿੰਡ ਦੇ ਵਿੱਚ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ। ਚੰਬਾ ਦੇ ਤੀਸਾ ਰੋਡ ਦੇ ਵਿੱਚ ਇਸ ਵੇਲੇ ਦੱਸਿਆ ਜਾਂਦਾ ਕਿ ਸਲਾਈਡਿੰਗ ਹੋਣ ਦੇ ਨਾਲ ਕਈ ਪ੍ਰਕਾਰ ਦੀਆਂ ਜਿਹੜੀਆਂ ਗੱਡੀਆਂ ਨੇ ਉਸ ਸਲਾਈਡਿੰਗ ਦੇ ਕਾਰਨ ਬੰਦ ਹੋ ਗਈਆਂ ਨੇ ਅਤੇ ਉੱਥੇ ਹੀ ਰਸਤਾ ਵੀ ਬੰਦ ਕਰ ਦਿੱਤਾ ਗਿਆ। ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੇਹਰੀ ਪੰਚਾਇਤ ਦੇ ਵਿੱਚ ਜਿਹੜੇ ਬਾਰਿਸ਼ ਅਤੇ ਫਲੱਡ ਵਰਗੇ ਹਾਲਾਤਾਂ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ। ਸੋ ਕੁੱਲੂ ਤੋਂ ਬਾਅਦ ਹੁਣ ਚੰਬਾ ਦੇ ਵਿੱਚ ਵੀ ਬੱਦਲ ਫਟਿਆ, ਭਾਰੀ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਤੇਜ਼ ਬਾਰਿਸ਼ ਦੇ ਨਾਲ ਹੁੰਦਾ ਹੋਇਆ ਅਲਰਟ ਜਿਹੜਾ ਹੈ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ, ਉਸ ਦੇ ਨਾਲ ਹੋਰ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ। ਮੋਇਨ ਜੀ ਸਮਰਾਟ ਮੇਨ ਫਵਾਰਾ ਚੌਂਕ ਲੁਧਿਆਣਾ +91 9878 7862838। ਕੀ ਤੁਸੀਂ ਪਰੇਸ਼ਾਨ ਹੋ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ? ਚਿੰਤਾ ਨਾ ਕਰੋ, ਤੁਹਾਡੀ ਕਿਸਮਤ ਜਾਗ ਰਹੀ ਹੈ। 101% ਗਰੰਟੀਡ ਸਪੈਸ਼ਲਿਸਟ ਇਨ ਲਵ ਮੈਰਿਜ, ਵਿਆਹ 'ਚ ਰੁਕਾਵਟ, ਰਾਜ ਦਰਬਾਰ 'ਚ ਚਿੱਤ ਵਸ਼ੀਕਰਨ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ 'ਚ ਅਣਬਣ, ਘਰੇਲੂ ਕਲੇਸ਼, ਨੌਕਰੀ ਕਾਰੋਬਾਰ, ਬੱਚਿਆਂ ਦੀ ਪੜ੍ਹਾਈ ਅਤੇ ਮਨਮਰਜ਼ੀ, ਵਿਦੇਸ਼ ਯਾਤਰਾ, ਕਰਜ਼ਾ ਮੁਕਤੀ, ਲੋਟਰੀ, ਬੇ ਔਲਾਦ, ਇੱਕ ਵਾਰ ਕਾਲ ਜਾਂ ਵਟਸਐਪ ਜ਼ਰੂਰ ਕਰਨ +91 9878 7862838। ਮੋਇਮ ਜੀ ਸਮਰਾਟ ਮੇਨ ਫਵਾਰਾ ਚੌਂਕ ਲੁਧਿਆਣਾ।